ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਜੀ ਟੈਕਨੀਕਲ ਸਰਵਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਇੱਕ ਡਾਇਰੈਕਟ ਭਰਤੀ ਲੈ ਕੇ ਆਇਆ ਹਾਂ ਜੋ ਅਰਜੈਂਟ ਨੀਡ ਹੈ ਜ਼ਰੂਰੀ ਲੋੜ ਹੈ ਬੈਂਕ ਦੇ ਵਿੱਚ ਜੌਬ ਹੈ ਵਾਲੀ ਸੈਲਰੀ ਇਹਦੇ ਵਿੱਚ ਤੁਹਾਨੂੰ 13000 ਮਿਲੇਗੀ ਅਪਲਾਈ ਤੁਸੀਂ ਕਰ ਸਕਦੇ ਹੋ ਕਿਵੇਂ ਅਪਲਾਈ ਕਰਨਾ ਹੈ ਕਿੱਥੇ ਕੰਟੈਕਟ ਕਰਨਾ ਹੈ ਸਾਰੀ ਇਨਫਰਮੇਸ਼ਨ ਮੈਂ ਅਸੀ ਵੀਡੀਓ ਦੇ ਵਿੱਚ ਦੇਣ ਵਾਲਾ ਆ ਤੇ ਵੀਡੀਓ ਦੇ ਐਂਡ ਤੱਕ ਤੁਸੀਂ ਜਰੂਰ ਬਨੇ ਰਹੋ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਬੈਲ ਆਈਕਨ ਵੀ ਜਰੂਰ ਦਬਾ ਲਓ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜੋ ਵੀ ਅਸੀਂ ਅਪਲੋਡ ਕਰਦੇ ਆਂ ਵੀਡੀਓ ਉਹਦਾ ਨੋਟੀਫਿਕੇਸ਼ਨ ਮਿਲਦਾ ਰਹੇ ਲਾਸਟ ਵਾਲੀ ਵੀਡੀਓ ਵੀ ਤੁਸੀਂ ਜਰੂਰ ਸਾਡੀਆਂ ਦੇਖਿਓ ਜੇਲ ਅਵਾਰਡਰ ਦੀਆਂ ਪੋਸਟਾਂ ਆ ਚੁੱਕੀਆਂ ਨੇ ਤਾਂ ਇਹਨਾਂ ਦਾ ਜੋ ਵੀ ਸਿਲੇਬਸ ਹੈ ਐਗਜ਼ਾਮ ਪੈਟਰਨ ਕੀ ਹੈ ਚੋਣ ਵਿਧੀ ਕੀ ਹੈ ਠੀਕ ਜੀ ਸਾਰੀ ਇਨਫੋਰਮੇਸ਼ਨ ਮੈਂ ਦੇ ਚੁੱਕਿਆ ਵਾਂ ਫਾਰਮ ਕਿਵੇਂ ਤੁਸੀਂ ਆਨਲਾਈਨ ਭਰਨਾ ਹੈ ਸਾਰੀਆਂ ਵੀਡੀਓ ਅਲੱਗ-ਅਲੱਗ ਟੌਪਿਕ ਤੇ ਬਣਾਈਆਂ ਹੋਈਆਂ ਹੋਰ ਵੀ 10ਵੀਂ ਪਲੱਸ 2 ਦੇ ਪੇਜ ਤੇ ਬਹੁਤ ਸਾਰੀਆਂ ਜੌਬ ਆਇਆ ਹੋਈਆਂ ਐ ਲਾਸਟ ਵੀਡੀਓ ਤੁਸੀਂ ਜ਼ਰੂਰ ਦੇਖਿਓ ਚਲੋ ਹੁਣ ਮੈਂ ਅੱਜ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਦਾ ਵਾਂ ਅੱਜ ਦੀ ਜਿਹੜੀ ਜੌਬ ਹੈ ਜੌਬ ਹੈਗੀ ਹੈ ਤੁਰੀ ਦੇ ਵਿੱਚ ਸੰਗਰੂਰ ਦੇ ਵਿੱਚ ਜੌਬ ਇਹ ਵਾਲੀ ਸਿਟੀ ਹੈਗੀ ਹੈ ਤੁਰੀ ਬੈਂਕਿੰਗ ਜੌਬ ਇਹ ਵਾਲੀ ਇਸ ਦੀ ਅਰਜੈਂਟ ਨੀਡ ਹੈ ਡਾਇਰੈਕਟ ਜੌਬ ਹੈ ਤਾਂ ਇਦੇ ਚ ਸੈਲਰੀ ਕਿੰਨੀ ਰੱਖੀ ਗਈ ਹੈ ਸੈਲਰੀ 12000 ਤੋਂ 13000 ਸੈਲਰੀ ਇਹਦੇ ਚ ਰੱਖੀ ਗਈ ਹੈ ਤਾਂ ਡਿਊਟੀ ਟਾਈਮ ਜਿਹੜਾ ਹੋਊਗਾ 9 ਤੋਂ ਲੈ ਕੇ 4 ਵਜੇ ਤੱਕ ਟਾਈਮ ਹੋਏਗਾ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਹਦੇ ਚ ਗ੍ਰੈਜੂਏਸ਼ਨ ਚਾਹੀਦੀ ਹੈ ਤੇ ਏਜ ਲਿਮਿਟ 18 ਤੋਂ 38 ਸਾਲ ਹੋਵੇ ਤਾਂ ਤੁਸੀਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਸਿਟਿੰਗ ਜੌਬ ਹੈ ਤਾਂ ਤੁਸੀਂ ਕਿਵੇਂ ਫਿਲ ਕਰਨਾ ਜਾਂ ਕਿੱਥੇ ਕੰਟੈਕਟ ਕਰਨਾ ਹੈ ਤਾਂ ਇਹਦੇ ਲਈ ਤੁਸੀਂ ਸਾਡੀ ਵੈਬਸਾਈਟ gnctechnologies.com ਤੇ ਵੀ ਆ ਸਕਦੇ ਹੋ ਜੌਬਸ ਇੰਤੁਰੀ ਸੰਗਰੂਰ ਰਿਸਰਚ ਕਰੋਗੇ ਤਾਂ ਤੁਸੀਂ ਇੱਥੇ ਫਾਈਂਡ ਆਊਟ ਕਰ ਸਕਦੇ ਹੋ ਇੱਥੇ ਨੀਚੇ ਮੈਂ ਦੱਸ ਦੇਣਾ ਵਾ ਕਿਵੇਂ ਤੁਸੀਂ ਕਰਨਾ ਹੈ ਕੰਟੈਕਟ ਕਿਹੜੇ ਨੰਬਰ ਤੇ ਕਰਨਾ ਮਿਸਟਰ ਪ੍ਰਦੀਪ ਨੂੰ ਤੁਸੀਂ ਕੰਟੈਕਟ ਕਰਨਾ ਹੈ 6283836302 ਨੰਬਰ ਹੈ ਇਹ ਤੁਸੀਂ ਨੋਟ ਕਰ ਸਕਦੇ ਹੋ ਇਸ ਨੰਬਰ ਤੇ ਕੰਟੈਕਟ ਤੁਸੀਂ ਕਰ ਸਕਦੇ ਹੋ 6283836302 ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਇਸ ਪੋਸਟ ਨੂੰ ਪੋਸਟਲੀ ਰਿਜ਼ਿਊਮ ਵਗੈਰਾ ਤੁਸੀਂ ਇਸ ਨੰਬਰ ਤੇ ਭੇਜ ਸਕਦੇ ਹੋ ਤਾਂ ਤੁਸੀਂ ਜਲਦੀ ਜਲਦੀ ਕਾਲ ਕਰੋ ਇਸ ਤਾਂ ਆਪਣਾ ਇਸ ਪੋਸਟ ਦਾ ਮੌਕਾ ਤੁਸੀਂ ਨਾ ਗਵਾਓ ਤਾਂ ਜੇ ਤੁਹਾਨੂੰ ਵੀਡੀਓ ਇਸ ਤਰ੍ਹਾਂ ਦੀ ਵਧੀਆ ਲੱਗ ਰਹੀ ਹੈ ਤੇ ਤੁਸੀਂ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਸਾਡੀ ਵੀਡੀਓ ਨੂੰ ਦੇਖਣ ਲਈ ਥੈਂਕਸ ਨੈਕਸਟ ਵੀਡੀਓ ਤੱਕ ਬਾਏ